ਟਰੈਕ 45 ਆ ਗਿਆ ਕਲਾਸਿਕ ਮਾਡਲ। ਤੇ ਜੇ ਗੱਲ ਕਰੀਏ ਟਾਇਰਾਂ ਦੇ, ਅਜੇ ਤੱਕ ਅਪੋਲੋ ਦੇ ਟਾਇਰ ਨੇ ਤੇ ਨਿਸ਼ਾਨ ਵੀ ਨਹੀਂ ਹਜੇ ਮਿਟੇ ਗਏ, ਨਵੇਂ ਟਾਇਰ ਪਏ ਨੇ। ਸੈਂਟਰ ਗੇਅਰ ਦੇ ਨਾਲ ਸੁਪਰ ਮੈਕਸ ਹੈ। ਇਹ ਕਿੰਨਾ ਮਾਡਲ ਹੈ ਜੀ? ਪਾਵਰ ਸਟੀਅਰਿੰਗ ਹੈ ਇਹ? 17 ਮਾਡਲ ਹੈ ਜੀ। 17 ਮਾਡਲ ਹੈ ਜੀ, ਅੱਛਾ। ਤੇ ਜੇ ਡਿਮਾਂਡ ਮੋਡ ਦੀ ਗੱਲ, ਨੰਬਰ ਕਿੱਥੋਂ ਦਾ ਜੀ? ਨੰਬਰ ਹਰਿਆਣੇ ਦਾ ਜੀ। ਅੱਛਾ, ਨੰਬਰ ਹਰਿਆਣੇ ਦਾ। ਡਿਮਾਂਡ ਕਿੰਨੀ ਹੈ ਜੀ? 485 ਡਿਮਾਂਡ ਹੈ ਜੀ ਇਹਦੀ। 485,000 ਰੁਪਇਆ ਡਿਮਾਂਡ ਹੈ। ਡਬਲ ਡਿਸਟ੍ਰੀਬਿਊਟਰ ਹੈ, ਤੇਲ ਬ੍ਰੇਕ ਚ ਆਉਂਦਾ ਜੀ, ਸੈਂਟਰ ਗੇਅਰ ਹੈ ਤੇ ਰੰਗ ਰੋਗਨ ਦਾ ਸਾਰਾ ਓਰੀਜਨਲ ਪਿਆ ਹੈ ਤੇ ਕਲਾਸਿਕ ਮਾਡਲ ਹੈ ਜੀ। 45 ਫਾਰਮ ਟਰੈਕ 45 ਤੇ ਅਗਲੇ ਬੰਨੇ ਫਾਰਮ ਟਰੈਕ 60 EPI ਹਾਈ ਕੈਪੈਸਿਟੀ ਲਿਫਟ ਹੈ, ਐਕਸਟਰਾ ਟੋਰਕ, ਡਬਲ ਕਲੱਚ, ਪਾਵਰ ਸਟੀਅਰਿੰਗ ਹੈ ਜੀ। ਤੇ ਜੇ ਇਹਦੀ ਮਾਡਲ ਦੀ ਗੱਲ ਕਰੀਏ ਜੀ, 2014 ਮਾਡਲ ਹੈ ਜੀ। ਅੱਛਾ, 14 ਮਾਡਲ ਹੈ ਜੀ। ਹਾਂਜੀ। ਜੇ ਟਾਇਰਾਂ ਦੀ ਗੱਲ ਕਰੀਏ, ਅਗਲੇ ਹੁਣੇ ਪਵਾਏ ਹੈ ਜੀ, ਪਿਛਲੇ ਨਾਲ ਦੇ ਟਾਇਰ। ਅੱਛਾ, ਪਿਛਲੇ ਨਾਲ ਦੇ ਨੇ, ਅਗਲੇ ਹੁਣ ਪਏ ਹੈ ਜੀ, ਅਗਲੇ ਨਾਲ ਦੇ ਟਾਇਰ। ਤੇ ਨੰਬਰ ਕਿੱਥੋਂ ਦਾ ਜੀ? ਨੰਬਰ ਹਰਿਆਣੇ ਦਾ ਜੀ। ਨੰਬਰ ਹਰਿਆਣੇ ਦਾ। ਡਿਮਾਂਡ ਕੀ ਹੈ ਜੀ? ਡਿਮਾਂਡ ਇਹਦੀ 385,000 ਹੈ ਜੀ। 385,000 ਰੁਪਇਆ ਡਿਮਾਂਡ ਹੈ, ਸੈਂਟਰ ਗੇਅਰ ਦੇ ਨਾਲ ਹੈ। ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ। ਅੱਜ ਆਪਾਂ ਖੜੇ ਹਾਂ ਜੀ ਫਤਿਆਬਾਦ ਹਰਿਆਣਾ ਟਰੈਕਟਰ ਮੰਡੀ। ਦਿਨ ਐਤਵਾਰ ਲੱਗਦੀ ਹੈ, ਹਰਿਆਣੇ ਦੀ ਸਾਰਿਆਂ ਨਾਲੋਂ ਵੱਡੀ ਮੰਡੀ ਹੈ ਜੀ। ਤੇ ਬਾਈ ਆਪਣੇ ਨਾਲ ਵਿਕਾਸ ਜੁੜਿਆ, ਠੀਕ ਹੈ? ਤੇ ਕਰਦੇ ਹਾਂ ਬਾਈ ਨਾਲ ਗੱਲਬਾਤ, ਰੇਟ ਪੁੱਛਦੇ ਹਾਂ, ਨਾਲੇ ਮਾਡਲ ਕੀ ਆਏ ਨੇ। ਸਾਰਿਆਂ ਨਾਲੋਂ ਪਹਿਲਾਂ ਆਪਣੇ ਕੋਲ ਸਵਰਾਜ 855 FE ਮਾਡਲ, ਰਿਵਰਸ PTO 5-star ਤੇ ਡਬਲ ਡਿਸਟ੍ਰੀਬਿਊਟਰ, ਸੈਂਟਰ ਗੇਅਰ ਦੇ ਨਾਲ ਹੈ ਜੀ। ਕੀ ਮਾਡਲ ਹੈ ਜੀ ਟਰੈਕਟਰ? ਇਹ 20 ਮਾਡਲ ਹੈ ਜੀ। 20 ਮਾਡਲ, ਹਾਂਜੀ। ਤੇ ਰੇਟ ਦੀ ਜੇ ਗੱਲ ਕਰੀਏ, ਰੇਟ ਵੀਰੇ 6,15,000 ਰੁਪਏ। ਤੇ ਹਰਿਆਣਾ ਨੰਬਰ ਹੈ ਜੀ, ਹੈਨਾ? ਹਾਂਜੀ। ਜਿਹੜੇ ਟਾਇਰ ਨੇ ਨਾਲ ਦੇ? ਹਾਂਜੀ, ਨਾਲ ਦੇ। ਨਾਲ ਦੇ ਟਾਇਰ ਨੇ। ਅੰਦਾਜ਼ਾ ਜੇ ਮਾਰੀਏ ਕਿੰਨਾ ਕੁ ਚੱਲਿਆ ਹੋਏਗਾ ਟਰੈਕਟਰ? ਇਹ ਜ਼ਿਆਦਾ ਨਹੀਂ ਚੱਲਿਆ, ਥੋੜ੍ਹਾ ਹੀ ਚੱਲਿਆ ਜੀ, ਬਸ 1,001 ਕਿਲੋਮੀਟਰ ਚੱਲਿਆ। ਠੀਕ ਹੈ ਜੀ। ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਏਗਾ ਜੀ? ਹਾਂਜੀ, ਜ਼ਰੂਰ ਹੋਊਗਾ ਵੀਰੇ, ਮੌਕੇ ਤੇ ਬਾਈ ਮਾਨਤਾਨ ਕਰ ਦੇਣਗੇ, ਠੀਕ ਹੈ? ਜਦੋਂ ਵੀ ਤੁਸੀਂ ਆਓਗੇ ਮੰਡੀ 'ਚ ਜਾਂ ਗੋਦਾਮ 'ਚ ਲੱਗੇ ਹੁੰਦੇ ਰਾਈਟਰ, ਬਾਈ ਦਾ ਜਿਹੜਾ ਨੰਬਰ ਹੈ ਉਹ ਸਕਰੀਨ 'ਤੇ ਚਲਾ ਦਾਂਗੇ ਬਾਈ, ਨੰਬਰ ਦੱਸ ਦੇ। ਨੰਬਰ ਹੈਗਾ ਵੀਰੇ ਆਪਣਾ 9903640210। ਠੀਕ ਹੈ, ਇੱਕ ਵਾਰੀ ਦੁਬਾਰਾ ਫਿਰ ਦੱਸ ਦਿਓ। 9903640210। ਹਾਂਜੀ, 40210। ਠੀਕ ਹੈ ਜੀ, ਆਹ ਬਾਈ ਦਾ ਨੰਬਰ ਹੈ, ਇਸ 'ਤੇ ਤੁਸੀਂ ਕਾਲ ਕਰਕੇ ਰਾਈਟਰ ਪੁੱਛ ਸਕਦੇ ਜੀ। ਅਗਲੇ ਬੰਨੇ ਆ ਗਿਆ ਆਈਸ਼ਰ, ਇਹ ਵੀ ਹਰਿਆਣਾ ਨੰਬਰ ਹੈ ਜੀ। ਹਾਂਜੀ। ਤੇ ਕੀ ਮਾਡਲ ਹੈ ਜੀ? ਇਹ 10 ਮਾਡਲ ਹੈ ਜੀ। ਤੇ ਡਿਮਾਂਡ ਕੀ ਹੈ ਜੀ? ਡਿਮਾਂਡ 1.65 ਹੈ ਜੀ। 1.65 ਹੈ ਜੀ। ਤੇ ਪੂਰਾ ਫਤਿਆਬਾਦ ਨੰਬਰ ਹੀ ਹੈ ਜੀ? ਹਾਂਜੀ, ਫਤਿਆਬਾਦ ਲੋਕਲ ਹੀ ਇੱਥੋਂ। ਅੱਛਾ, ਫਤਿਆਬਾਦ ਦਾ ਨੰਬਰ ਹੈ ਜੀ। ਜੇ ਗੱਲ ਕਰੀਏ ਵੀ ਰੰਗ ਰੋਗਣ ਵੱਜਾ ਤਾਂ ਨਹੀਂ ਹੋਇਆ ਜੀ? ਰੰਗ ਦਾ ਜੀ ਆਪਾਂ ਲੈ ਕੇ ਆਏ ਸੀ ਵੀਰ, ਪਤਾ ਨਹੀਂ ਇਹਨਾਂ ਦਾ। ਅੱਛਾ, ਮੰਨ ਕੇ ਅੱਗੋਂ ਖਰੀਦ ਕੀਤੀ ਹੈ? ਹਾਂ। ਠੀਕ ਹੈ ਜੀ। ਬਾਕੀ ਕੰਡੀਸ਼ਨ ਹੈ ਜਿਹੜੀ ਤੁਹਾਡੇ ਸਾਹਮਣੇ ਆ। ਤੇ ਜੇ ਟਾਇਰਾਂ ਦੀ ਗੱਲ ਕਰੀਏ, ਬੇਦਾਗ ਪੱਕੇ ਟਾਇਰ ਹੈ ਜੀ। ਅਗਲੇ ਬੰਨੇ ਯੂਰੋ ਪਾਵਰ ਟਰੈਕ 50 ਸੁਪਰ ਮੈਕਸ ਡੀਜ਼ਲ ਸੇਵਰ, ਇਹ ਕਿੰਨਾ ਮਾਡਲ ਹੈ ਜੀ? ਇਹ 2021 ਮਾਡਲ ਹੈ ਜੀ, ਕਾਪੀ ਬਾਈ ਦੀ ਹੈ। ਕਾਪੀ ਬਾਈ ਦੀ ਹੈ, ਇਹ ਤਾਂ ਨਾਮ ਵੀ ਹੋ ਜਾਏਗਾ ਨਾ। ਹਾਂਜੀ, ਪਾਸਿੰਗ ਪਈ ਆ। ਤੇ ਜੇ ਗੱਲ ਕਰੀਏ ਆਪਾਂ ਸਾਈਡ ਗੇਅਰ ਦੇ ਨਾਲ ਹੈ, ਪਾਵਰ ਸਟੀਅਰਿੰਗ ਹੈ ਜੀ। ਤੇ ਬਾਕੀ ਜੇ ਗੱਲ ਕਰੀਏ ਲੋਨ ਵਗੈਰਾ ਹੋ ਜਾਂਦਾ ਜੀ? ਹਾਂਜੀ, ਲੋਨ ਹੋ ਗਿਆ। ਕਿੰਨੇ ਮਾਡਲ ਤੋਂ ਕਿੰਨੇ ਮਾਡਲ ਤੱਕ ਹੁੰਦਾ ਜੀ? ਉਹ ਤਾਂ ਦੇਖ ਲਾਂਗੇ ਕੋਈ ਨਾ। ਅੱਛਾ ਜੀ, ਮੌਕੇ ਤੇ। ਹਾਂਜੀ। ਤੇ ਅਗਲੇ ਇਹ ਡਿਮਾਂਡ ਕਿੰਨੀ ਆਖੀ ਹੈ ਜੀ? ਡਿਮਾਂਡ ਇਹਦੀ 560 ਹੈ ਜੀ। 560 ਡਿਮਾਂਡ ਹੈ ਜੀ ਪਾਵਰ ਟਰੈਕ ਰਾਈਟਰ ਦੀ। ਅਗਲੇ ਬੰਨੇ ਮਹਿੰਦਰਾ 365 DI ਆ ਗਿਆ, ਡਾਇਰੈਕਟ ਇੰਜੈਕਟਰ ਵਾਲਾ ਤੇ ਸੈਂਟਰ ਗੇਅਰ ਹੈ। ਤੇ ਜੇ ਇਹਦੀ ਗੱਲ ਕਰੀਏ ਕੀ ਮਾਡਲ ਹੈ ਜੀ? ਇਹ ਹੈਗਾ ਵੀਰੇ 97 ਮਾਡਲ ਜੀ। 97 ਮਾਡਲ, ਕਿੰਨੇ ਦਾ? ਡਿਮਾਂਡ ਇਹਦੀ 1.55 ਹੈ ਜੀ। 1.55 ਡਿਮਾਂਡ ਆ। ਹਾਂਜੀ। ਤੇ ਸਿੰਪਲ ਸਟੀਅਰਿੰਗ, ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ? ਇਹ ਬਿਲਕੁਲ ਜੈਨੀਅਨ ਟਰੈਕਟਰ ਹੈ ਜੀ, ਓਰੀਜਨਲ ਹੈ ਸਾਰਾ, ਪੇਂਟ ਪੁੰਟ ਕੁਛ ਨਹੀਂ ਹੋਇਆ। ਪੇਂਟ ਕੁਛ ਨਹੀਂ ਹੋਇਆ, ਸਾਰਾ ਓਰੀਜਨਲ ਪਿਆ, ਜਿਵੇਂ ਪਹਿਲਾਂ ਤੁਸੀਂ ਮਗਰੋਂ ਆਇਆ। ਹਾਂਜੀ, ਸਾਰਾ ਨੰਬਰ ਹੈ। ਅੱਛਾ, ਪੰਜਾਬ ਨੰਬਰ ਹੈ? ਹਾਂਜੀ, ਨੰਬਰ ਵੀ ਪੰਜਾਬ ਹੈ, ਸਾਰਾ ਓਰੀਜਨਲ ਪਿਆ ਹੈ। ਗੱਲ ਇਹ ਆ ਤਾਂ ਇੰਨਾ ਰੇਟ ਹੈ, 97 ਮਾਡਲ ਦਾ ਪੰਜਾਬ ਨੰਬਰ ਹੈ, ਓਰੀਜਨਲ ਪਿਆ ਜਿੰਨਾ ਪਿਆ। ਅਗਲੇ ਬੰਨੇ ਫਾਰਮ ਟਰੈਕ 45 ਆ ਗਿਆ ਕਲਾਸਿਕ ਮਾਡਲ। ਤੇ ਜੇ ਗੱਲ ਕਰੀਏ ਟਾਇਰਾਂ ਦੇ, ਅਜੇ ਤੱਕ ਅਪੋਲੋ ਦੇ ਟਾਇਰ ਨੇ ਤੇ ਨਿਸ਼ਾਨ ਵੀ ਨਹੀਂ ਹਜੇ ਮਿਟੇ ਗਏ, ਨਵੇਂ ਟਾਇਰ ਪਏ ਨੇ।
ਸੈਂਟਰ ਗੇਅਰ ਦੇ ਨਾਲ ਸੁਪਰ ਮੈਕਸ ਹੈ। ਇਹ ਕਿੰਨਾ ਮਾਡਲ ਹੈ ਜੀ? ਪਾਵਰ ਸਟੀਅਰਿੰਗ ਇਹ 17 ਮਾਡਲ ਹੈ ਜੀ। 17 ਮਾਡਲ ਹੈ ਜੀ, ਅੱਛਾ। ਤੇ ਜੇ ਡਿਮਾਂਡ ਮੋਡ ਦੀ ਗੱਲ, ਨੰਬਰ ਕਿੱਥੋਂ ਦਾ ਜੀ? ਨੰਬਰ ਹਰਿਆਣੇ ਦਾ ਜੀ। ਅੱਛਾ, ਨੰਬਰ ਹਰਿਆਣੇ ਦਾ। ਡਿਮਾਂਡ ਕਿੰਨੀ ਹੈ ਜੀ? 485 ਡਿਮਾਂਡ ਹੈ ਜੀ। 485,000 ਰੁਪਇਆ ਡਿਮਾਂਡ ਹੈ। ਡਬਲ ਡਿਸਟ੍ਰੀਬਿਊਟਰ, ਤੇਲ ਬ੍ਰੇਕ ਆਉਂਦਾ ਜੀ, ਸੈਂਟਰ ਗੇਅਰ ਹੈ ਤੇ ਰੰਗ ਰੋਗਨ ਦਾ ਸਾਰਾ ਓਰੀਜਨਲ ਪਿਆ ਹੈ ਤੇ ਕਲਾਸਿਕ ਮਾਡਲ ਹੈ ਜੀ। 45 ਫਾਰਮ ਟਰੈਕ 45 ਤੇ ਅਗਲੇ ਬੰਨੇ ਫਾਰਮ ਟਰੈਕ 60 EPI ਹਾਈ ਕੈਪੈਸਿਟੀ ਲਿਫਟ ਹੈ, ਐਕਸਟਰਾ ਟੋਰਕ, ਡਬਲ ਕਲੱਚ, ਪਾਵਰ ਸਟੀਅਰਿੰਗ ਹੈ ਜੀ। ਤੇ ਜੇ ਇਹਦੀ ਮਾਡਲ ਦੀ ਗੱਲ ਕਰੀਏ ਜੀ, 2014 ਮਾਡਲ ਹੈ ਜੀ। ਅੱਛਾ, 14 ਮਾਡਲ ਹੈ ਜੀ। ਜੇ ਟਾਇਰਾਂ ਦੀ ਗੱਲ ਕਰੀਏ, ਅਗਲੇ ਹੋਣੇ ਪਏ ਹੈ ਜੀ, ਪਿਛਲੇ ਨਾਲ ਦੇ ਟਾਇਰ। ਅੱਛਾ, ਪਿਛਲੇ ਨਾਲ ਦੇ ਨੇ, ਅਗਲੇ ਹੁਣ ਪਏ ਹੈ ਜੀ, ਅਗਲੇ ਨਾਲ ਦੇ ਟਾਇਰ। ਤੇ ਨੰਬਰ ਕਿੱਥੋਂ ਦਾ ਜੀ? ਨੰਬਰ ਹਰਿਆਣੇ ਦਾ ਜੀ। ਨੰਬਰ ਹਰਿਆਣੇ ਦਾ। ਡਿਮਾਂਡ ਕੀ ਹੈ? ਡਿਮਾਂਡ ਇਹਦੀ 385,000 ਹੈ ਜੀ। 385,000 ਰੁਪਇਆ ਡਿਮਾਂਡ ਹੈ, ਸੈਂਟਰ ਗੇਅਰ ਦੇ ਨਾਲ ਹੈ। ਤੇ ਬਈ ਇੱਕ ਵਾਰੀ ਆਪਦਾ ਜਿਹੜੇ ਆਪਾਂ ਥਾਂ ਤੇ ਖੜੇ ਹਨਾ, ਉਹ ਦੱਸ ਦੇ ਕਿੱਥੇ ਆਪਣੇ ਕਰਕੇ ਟਰੈਕਟਰ ਲੱਗਦੇ ਜੀ? ਵੀਰੇ ਤਿਲਕ ਰਾਜ ਦੀ ਮੰਡੀ ਹੈ ਜੀ। ਅੱਛਾ, ਤਿਲਕ ਰਾਜ ਦੀ, ਉਹ ਸਾਹਮਣੇ ਜੋਂਡੀਅਰ ਏਜੰਸੀ ਆ, ਓਪੋਜਿਟ ਸਾਈਡ ਆ, ਇੱਥੇ ਲੱਗਦੇ ਆ ਟਰੈਕਟਰ ਬਾਈ ਦੇ। ਤੇ ਇੱਕ ਵਾਰੀ ਆਪਣਾ ਨਾਮ ਤੇ ਨੰਬਰ ਦੁਬਾਰਾ ਦੱਸ ਦੇ ਬਈ। ਨਾਮ ਵੀਰੇ ਹੈਗਾ ਜੀ ਮੱਖਣ ਸਿੰਘ। ਅੱਛਾ, ਤੇ ਨੰਬਰ ਹੈਗਾ ਜੀ 93063-40210। ਠੀਕ ਹੈ ਜੀ। ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਆ ਜੀ, ਸਾਰਿਆਂ ਤੱਕ ਪਹੁੰਚਣੀ ਚਾਹੀਦੀ ਵੀਡੀਓ। ਧੰਨਵਾਦ, ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਬਾਈਕੁਲਰ ਟਰੈਕਟਰ ਸੀ ਸਵਰਾਜ ਤੋਂ ਲੈ ਕੇ ਫਾਰਮ 60 EPI ਤੱਕ 2 ਫਾਰਮ, ਮਹਿੰਦਰਾ, ਆਈਸ਼ਰ, ਪਾਵਰ ਟਰੈਕ ਅਤੇ ਸਵਰਾਜ ਟਰੈਕਟਰ ਸੀ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਧੰਨਵਾਦ।